ਰਹਿਮਾਨ ਰਹੀਮ, ਅਸਲਾਮ ਵਾਲੇਕੁਮ। ਰੋ ਫਾਰਮੀ ਯੂਟਿਊਬ ਫੇਸਬੁੱਕ ਚੈਨਲ ਵੇਖਣ ਵਾਲੇ ਸਾਰੇ ਵੀਰਾਂ ਸੱਜਣਾਂ ਨੂੰ ਇੱਕ ਵਾਰੀ ਫਿਰ ਖੁਸ਼ ਆਮਦੀਦ ਕਹਿੰਦੇ। ਮੈਂ ਤੁਹਾਡਾ ਆਪਣਾ ਹੋਸਟ ਮੀਆਂ ਫਾਜ਼ ਜੀ। ਵੈਲਕਮ ਸਾਰੇ ਦੋਸਤਾਂ ਨੂੰ। ਰੌਕ ਫਾਰਮਿੰਗ ਫੇਸਬੁੱਕ ਪੇਜ, ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਤਾਂ ਫਾਲੋ ਲਾਜ਼ਮੀ ਕਰੋਗੇ। ਦੋਸਤਾਂ ਨਾਲ ਵੀਡੀਓ ਲਾਜ਼ਮੀ ਸ਼ੇਅਰ ਕਰਿਆ ਕਰੋ, ਥੱਲੇ ਚੰਗੇ ਕਮੈਂਟ ਵੀ ਕਰਿਆ ਕਰੋ, ਹਲਕੇ ਕਮੈਂਟ ਵੀ ਕਰਿਆ ਕਰੋ, ਕੋਈ ਮਸਲਾ ਨਹੀਂ। ਬਹੁਤ ਸ਼ੁਕਰੀਆ। ਮੈਂ ਤੁਹਾਡਾ ਆਪਣਾ ਹੋਸਟ ਹਾਂ ਜੀ, ਮੀਆਂ ਫਾਜ਼। ਸਾਰੇ ਦੋਸਤਾਂ ਨੂੰ ਵੈਲਕਮ ਕਰਦੇ ਹਾਂ ਅੱਜ ਫਤਿਹਪੁਰ ਦੀ ਮੰਡੀ। ਬਰੋਜ਼ ਇਤਵਾਰ ਮੰਡੀ ਲੱਗਦੀ ਹੈ, ਜ਼ਿਲ੍ਹਾ ਲਈ ਹੈ ਜਨੂਬੀ ਪੰਜਾਬ ਪਾਕਿਸਤਾਨ ਜੀ। ਆਏ ਵੱਛੀਆਂ ਲੈ ਕੇ ਆਏ ਤੁਹਾਡੇ ਵਾਸਤੇ, ਖੀਰੀਆਂ ਦੁੰਦੀਆਂ। ਚੈੱਕ ਕਰੋ ਕੁਆਲਿਟੀ, ਵੀਡੀਓ ਅੱਛੀ ਲੱਗੇ ਵੀਡੀਓ ਨੂੰ ਟਾਈਮ 'ਤੇ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਚੰਗਾ ਜਿਹਾ ਕਮੈਂਟ ਕਰ ਦਿਆ ਕਰੋ ਜੀ। ਮਾਸ਼ਾਅੱਲਾ ਜੀ, ਰੇਟ ਚੈੱਕ ਕਰੋ ਨੇ ਅੱਜ ਮਾਸ਼ਾਅੱਲਾ ਕੀ ਸੂਰਤ ਹਾਲ ਹੈ। ਅੱਜ ਤਾਂ ਦਾਦੂ ਰੰਗ ਨੂੰ ਯੈਸ ਮਾਹੌਲ ਬਣਾ ਕੇ, ਦਾੜੀ ਨੂੰ ਯੈਸ ਮੈਸ ਕਰਕੇ ਅੱਜ ਮੰਡੀ ਦੇ ਵਿੱਚ ਰੌਣਕਾਂ ਮੇਲੇ ਲਾਈ ਖੜਾ ਹੈ। ਮਾਸ਼ਾਅੱਲਾ ਜੀ, ਜ਼ਿੰਦਾਬਾਦ। ਦਾਦੂ ਖਾਨ, ਕੀ ਸੂਰਤ ਹਾਲ ਹੈ? ਇੱਧਰੋਂ ਅੱਜ ਤੇਰੇ ਮੂੰਹ 'ਤੇ ਹਨੇਰਾ ਆ ਰਿਹਾ, ਇੱਧਰ ਨੂੰ ਹੁਣ ਠੀਕ ਸੂਰਤ ਹਾਲ ਹੈ? ਸ਼ੁਕਰ ਅਲਹਮਦੁਲਿਲਾਹ। ਮਾਸ਼ਾਅੱਲਾ ਜੀ, ਸੂਰਤ ਹਾਲ ਅੱਜ ਕੀ ਮੰਡੀ ਦੀ? ਤੇਜ਼ ਮੰਡੀ 'ਤੇ ਮੇਰਾ ਮਾਸ਼ਾਅੱਲਾ ਜੀ, ਮੰਡੀ 'ਤੇ ਮਾਲ ਲਿਆਉਂਦਾ ਹੀ ਕੋਈ ਨਹੀਂ ਆ, ਮੈਂ ਤਾਂ ਵੈਸੇ ਆਇਆ। ਮੇਰਾ ਫਾਰਮ 'ਤੇ 23 ਬੱਚੀਆਂ ਖਲੀਆਂ ਨਵਾਬ। ਮਾਸ਼ਾਅੱਲਾ ਜੀ, 0301-9639-213, ਯੂਟਿਊਬ ਵੀ ਹੈ, ਫੇਸਬੁੱਕ ਵੀ ਹੈ, ਈਮੋ ਵੀ ਹੈ, ਸਾਰਾ ਸਿਸਟਮ ਉਹਦੇ ਉੱਤੇ ਲੱਗਾ ਹੋਇਆ ਜੀ। ਹਾਂ, ਅਤੇ ਤਲੀਮ ਥੋੜ੍ਹੀ ਹੈ ਅਤੇ ਮੈਂ ਜ਼ਿਆਦਾ ਉਰਦੂ ਨਾ ਬੋਲ ਸਕਦਾ, ਅਤੇ ਬਾਕੀ ਇੰਝ ਵੀ ਅੱਲਾ ਦੀ ਮਿਹਰਬਾਨੀ, ਅੱਲਾ ਦੀ ਮਿਹਰਬਾਨੀ ਨਾਲ ਅੱਲਾ ਹਰ ਮੁਸਲਮਾਨ ਨੂੰ ਹਦਾਇਤ ਦੇਵੇ, ਅਤੇ ਮੈਨੂੰ ਪਹਿਲੇ ਅਤੇ ਲੋਕਾਂ ਨੂੰ ਬਾਅਦ ਵਿੱਚ, ਅਤੇ ਹੱਕ ਦੀ ਰੋਜ਼ੀ ਲੈਂਦੇ ਹਾਂ, ਅਤੇ ਸ਼ੈ ਇੱਕ ਨੰਬਰ ਖੀਰੀ ਦਾ ਕੰਮ ਕਰਨੇ ਹਾਂ। ਸਿਰ ਤੋਂ ਓਰਿਜਨਲ ਮੋਨੀਆ, ਚਾਰ ਥਾਣ, ਕੋਈ ਬੱਚੀ ਵਗੈਰਾ ਨਾ ਹੋ ਸੀ। ਜਿਹੜਾ ਨੁਕਸ ਲੱਭੇ ਉਹਨੂੰ ਮਾਂ ਦੇ ਦੁੱਧ ਦੀ ਕਸਮ, 10,000 ਰੁਪਏ ਇਨਾਮ ਹੈ ਜੀ। ਅਤੇ ਬਾਕੀ ਗੱਲ ਇਹ ਗੱਲਾਂ ਸੱਚੀਆਂ 'ਚ ਰੱਬ ਰਾਜ਼ੀ ਹੁੰਦਾ ਹੈ। ਪਾਕਿਸਤਾਨ ਜ਼ਿੰਦਾਬਾਦ, ਅਕਬਰ। ਮਾਸ਼ਾਅੱਲਾ ਜੀ, ਐਸੇ ਦਾਦੂ ਖਾਨ, ਦਾਦੂ ਖਾਨ ਆਪਣਾ ਤਾਰਫ ਕਰਾ ਰਿਹਾ ਸੀ। ਇਹਦੇ ਕੋਲ ਬੱਚੀਆਂ ਹੁੰਦੀਆਂ ਨੇ ਫਾਰਮ ਬੱਚੇ। ਮਾਸ਼ਾਅੱਲਾ ਜੀ, ਇਹ ਬੱਚੀਆਂ ਚੈੱਕ ਕਰੋ, ਸਫਦਰ ਹੁਸੈਨ ਦੇ ਕੋਲ ਵੀ ਮਾਸ਼ਾਅੱਲਾ ਸੋਹਣੀਆਂ ਬੱਚੀਆਂ, ਖੀਰੀਆਂ ਦੁੰਦੀਆਂ। ਆਮਾਨ ਚੈੱਕ ਕਰਕੇ ਕੁਆਲਿਟੀ ਵਾਲੀਆਂ, ਰੇਟ ਪੁੱਛਦੇ ਹਾਂ ਜੀ ਬਿਸਮਿਲ੍ਲਾ ਕਰਕੇ, ਕੀ ਸੂਰਤ ਹਾਲ ਹੈ ਰੇਟਾਂ ਦੇ? ਕੀ ਡਿਮਾਂਡ ਕੀਤੀ ਵੀ ਅੱਜ ਪੁੱਠੇ ਦੀ? ਬਈ 2,60,000 ਰੁਪਏ ਦੀ ਸੋਹਣੀ ਗਾਂ ਆ ਜਾਂਦੀ ਹੈ ਇਹ ਬੱਚੀਆਂ ਨੇ। ਇਹਦਾ ਮੁੱਲ ਇੰਨਾ ਕਿਉਂ ਕੀਤਾ ਹੋਇਆ ਬਈ ਸੱਜਣਾ? ਅੱਜ ਸੋਹਣੀਆਂ ਚੀਜ਼ਾਂ ਨੇ, ਇਹ ਸੋਹਣੀਆਂ ਚੀਜ਼ਾਂ ਨੇ ਮਾਸ਼ਾਅੱਲਾ ਜੀ, ਇੰਪੋਰਟਡ ਨੇ, ਡੱਚ ਵਰਾਇਟੀਆਂ। ਆਮਾਨ ਛੋਟੇ ਛੋਟੇ ਕੰਨਾਂ ਨਾਲ ਲੰਮੀ ਵੇਲ ਵਾਲੀਆਂ, ਸੋਹਣੇ ਪ੍ਰਿੰਟ, ਇੰਪੋਰਟਡ ਨਸਲ ਦੀਆਂ ਮਾਸ਼ਾਅੱਲਾ ਵੱਛੀਆਂ ਨੇ। ਇਹ ਗਾਂ ਜਿਹੜੀ ਹੈ ਮਾਸ਼ਾਅੱਲਾ ਤਿਆਰ ਹੋਈ ਹੋਵੇ ਗੱਭਣ, 4.5-5.6 ਲੱਖ ਰੁਪਏ ਦੀ ਸੋਹਣੀ ਗਾਂ ਬਣਦੀ ਹੈ ਪਹਿਲੇ ਵਾਰੇ ਵਾਲੀ ਮਾਸ਼ਾਅੱਲਾ ਜੀ। ਤਾਂ ਕਰਕੇ ਵੱਛੀਆਂ ਦਾ ਰੇਟ ਜ਼ਿਆਦਾ ਚੱਲ ਰਿਹਾ ਮਾਸ਼ਾਅੱਲਾ ਜੀ। ਖੀਰੀਆਂ ਨੇ ਪਹਿਲੇ ਵਾਰੇ ਵਾਲੀਆਂ ਨੇ, ਖੀਰੀਆਂ ਨੇ ਔਰ ਪਹਿਲੇ ਵਾਰੇ ਵਾਲੀਆਂ ਨੇ ਮਾਸ਼ਾਅੱਲਾ ਜੀ। ਇਹ ਚੈੱਕ ਕਰੋ ਜੀ, ਆਹ ਸਰ ਅੱਗੇ ਚੱਲਦੇ ਹਾਂ ਜੀ। ਜੀ ਬਲੋਚਾ ਜੀ, ਜੀ ਬਲੋਚਾ ਜੀ, ਮਾਸ਼ਾਅੱਲਾ ਜੀ, ਮਾਸ਼ਾਅੱਲਾ। ਆਮਾ ਇਹ ਤੋਹਫੇ ਚੈੱਕ ਕਰੋ ਬਈ, ਮਾਸ਼ਾਅੱਲਾ ਜੀ, ਇਹ ਤੋਹਫੇ ਚੈੱਕ ਕਰੋ। VIP ਲੱਲਾ ਕੀ ਮੰਗਿਆ ਜੋੜੀ ਦਾ ਅੱਜ? ਬਈ 3.5 ਲੱਖ ਰੁਪਈਆ ਦੋਂਦੀਆਂ ਨੇ, ਦੋਂਦੀਆਂ ਨੇ ਮਾਸ਼ਾਅੱਲਾ ਜੀ, ਦੋਵੇਂ ਜੋੜਾ ਮਾਸ਼ਾਅੱਲਾ ਕ੍ਰਾਸ ਦੇ ਵਿੱਚ ਸੋਹਣੀਆਂ ਬੱਚੀਆਂ ਨੇ। 3.5 ਲੱਖ ਰੁਪਈਆ ਡਿਮਾਂਡ ਕੀਤੀ ਹੈ ਮਾਸ਼ਾਅੱਲਾ ਜੀ। ਕੋ ਫਾਈਨਲ ਪਿਆਰ ਮੁਹੱਬਤ ਹੈ? ਹੋ ਜਾਏਗਾ ਜਨਾਬ, ਮਾਸ਼ਾਅੱਲਾ। 228 ਚੱਕਦੇ ਫਾਰਮ ਦੇ ਰਿਹਾਇਸ਼ੀ ਨੇ ਮਾਸ਼ਾਅੱਲਾ ਜੀ, ਫਤਿਹਪੁਰ ਦੇ ਨਜ਼ਦੀਕ ਹੀ। ਬਰੋਜ਼ ਇਤਵਾਰ ਮੰਡੀ ਲੱਗਦੀ ਹੈ, ਮੰਡੀ 'ਤੇ ਵੀ ਮਾਲ ਲੈ ਸਕਦੇ ਹੋ, ਮੰਡੀ ਤੋਂ ਇਲਾਵਾ ਫਾਰਮਾਂ ਦੇ ਉੱਤੇ ਵੀ ਮਾਸ਼ਾਅੱਲਾ ਤੁਹਾਨੂੰ ਮਾਲ ਮਿਲ ਸਕਦਾ ਬਈ। ਮਾਸ਼ਾਅੱਲਾ ਜੀ, ਮਾਸ਼ਾਅੱਲਾ। ਇਹ ਚੈੱਕ ਕਰੋ ਬਈ, ਇਹ ਐਟਮਾਂ ਚੈੱਕ ਕਰੋ ਮਾਸ਼ਾਅੱਲਾ ਜੀ। ਅੱਗੇ ਬੰਦੇ ਦੀ ਵੀਡੀਓ ਬਣਾਉਣ ਆਏ ਹਾਂ, ਮੋਬਾਈਲ ਖਰਾਬ ਹੋ ਗਿਆ ਸੀ,
ਗਰਮੀਆਂ ਟੈਂਪਰੇਚਰ ਜ਼ਿਆਦਾ ਹਾਈ ਹੋ ਜਾਂਦਾ। ਵੱਛੀਆਂ ਨੇ ਸੋਹਣੀਆਂ ਤਲਿਆਰੇ ਯਸ ਮਾਹੌਲ ਗੁਲਾਬੀ ਰੰਗ ਦੇ ਆਮ ਮਾਸ਼ਾਅੱਲਾ ਜੀ, ਚੈੱਕ ਕਰੋ ਕੁਆਲਿਟੀ ਵਾਲੇ ਮਾਲ, ਸੋਹਣੇ ਤੋਹਫੇ ਮਾਸ਼ਾਅੱਲਾ ਜੀ। ਕੀ ਮੰਗੇ ਅੱਜ ਪੁੱਠਿਆਂ ਦਾ ਬਈ ਲਾਲੇ ਦੀ ਜਾਨ? 2,10,000 ਰੁਪਈਆ ਪੁੱਠਾ ਹੈ, ਕਰਾਸ ਦੇ ਵਿੱਚ ਨੇ ਸਾਰੀਆਂ, ਇੰਪੋਰਟਡ ਨੇ, ਵਿੱਚ ਕਰਾਸ ਵੀ ਹੈ, ਇੰਪੋਰਟਡ ਵੀ ਹੈ ਮਾਸ਼ਾਅੱਲਾ ਜੀ। ਚਾਰ ਇਨ ਮਾਸ਼ਾਅੱਲਾ ਤੋਹਫੇ ਦੁਨੀਆ ਨੇ, ਚਾਰੋਂ ਹੀ ਦੋਨੀਆਂ ਬਈ, ਦੋਨੀਆਂ ਕੱਚੀਆਂ ਦੋਨੀਆਂ ਨੇ ਮਾਸ਼ਾਅੱਲਾ ਜੀ। ਦੋਂਦੀ ਵੱਛੀ ਪਹਿਲੇ ਵਾਰੇ ਵਾਲੀਆਂ ਨੇ ਮਾਸ਼ਾਅੱਲਾ ਜੀ, ਇੰਪੋਰਟਡ ਬਰੀਡ ਨੇ। ਇਹ ਚੈੱਕ ਕਰੋ ਬਈ, ਥਣ ਜਿਹੜਾ ਚੈੱਕ ਕਰਕੇ ਆਮਾਨ, ਮਾਸ਼ਾਅੱਲਾ ਜੀ ਮਾਸ਼ਾਅੱਲਾ। ਤੋਹਫੇ ਪਸੰਦ ਆਵਣ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ। ਦੋਸਤ ਦਾ ਰਾਬਤਾ ਨੰਬਰ ਵੀ ਲੈਂਦੇ ਹਾਂ, ਰਾਬਤਾ ਨੰਬਰ ਦੱਸਿਆ ਬਈ ਫਾਰਮ ਦਾ? 0309-7252-500 ਪੂਰਾ, 500 ਪੂਰਾ ਜੀ, 7252-500 ਪੂਰਾ ਇਹਦਾ ਰਾਬਤਾ ਨੰਬਰ ਹੈ। ਲਾਜ਼ਮੀ ਰਾਬਤਾ ਕਰਕੇ ਤੁਸੀਂ ਇਹਨਾਂ ਨਾਲ ਜਾਨਵਰਾਂ ਦੀ ਖਰੀਦ ਫਰੋਖਤ ਕਰ ਸਕਦੇ ਹੋ ਜੀ ਮਾਸ਼ਾਅੱਲਾ। ਉਹ ਵੱਡੀਆਂ ਵੱਜੀਆਂ, ਇਹ ਨਵਾ ਵੀ ਲੈਣੀ ਸੀ ਅੱਜ, ਅੱਜ ਨਵਾ ਕੇ ਲਿਆ ਨੇ ਇਹਨੂੰ, ਇਹਨੂੰ ਨਹੀਂ ਅੱਜ ਨਵਾਉਣਾ, ਮੰਡੀ 'ਚ ਲਈ ਹੋਣੀ ਆ। ਕੀ ਮੰਗਿਆ ਇਹਦਾ ਮੁੱਲ ਬਈ ਅੱਜ? 2,20,000 ਰੁਪਈਆ ਦਾ ਮੁੱਲ ਮੰਗਿਆ। ਦੋਂਦੀ ਇਹ ਦੋਂਦੀ ਦੋਂਦੀ ਇਹਨੂੰ ਪੈਂਪਰ ਵੀ ਲਾ,